ਦੋਸਤੋ ਪੰਜਾਬੀ ਸਿਨੇਮਾ ਫਾਰ ਜੂ ਤੇ ਮੈਂ ਇਕਬਾਲ ਸਿੰਘ ਚਾਨਾ ਤੇ ਅੱਜ ਆਪਾਂ ਕਰਨੀਆਂ ਹਨ ਗੱਲਾਂ ਸਿਨੇਮੇ ਦੀਆਂ ਦੋਸਤੋ ਜਿਵੇਂ ਕਿ ਮੈਂ ਥੰਬਨੇਲ ਵਿੱਚ ਲਿਖਿਆ ਹੈ ਇੱਕ ਬਹੁਤ ਹੀ ਪੌਪੂਲਰ ਗੀਤ ਸੀ ਜਿਹੜਾ ਕਿ ਬਾਬੂ ਸਿੰਘ ਮਾਨ ਨੇ ਲਿਖਿਆ ਸੀ ਪਰ ਪੈਸੇ ਉਹਦੇ ਜਾ ਰਹੇ ਹਨ ਬੱਬੂ ਮਾਨ ਨੂੰ ਇਹ ਇੱਕ ਵਿਵਾਦਿਤ ਗੀਤ ਸੀ ਆਪਾਂ ਇਸ ਦਾ ਜ਼ਿਕਰ ਕਰਾਂਗੇ ਤੇ ਹਮੇਸ਼ਾ ਦੀ ਤਰ੍ਹਾਂ ਮੈਂ ਆਪਣੇ ਨਵੇਂ ਵੀਅਰ ਨੂੰ ਫੇਰ ਬੇਨਤੀ ਕਰਾਂਗਾ ਕਿ ਸਾਡਾ ਪ੍ਰੋਗਰਾਮ ਖਤਮ ਹੁੰਦਿਆਂ ਹੀ ਤੁਸੀਂ ਸਾਡੇ ਸਬਸਕ੍ਰਾਈਬਰ ਬਣ ਜਾਓ ਬਸ ਇੱਕ ਉਂਗਲੀ ਸਬਸਕ੍ਰਾਈਬ ਉੱਤੇ ਲਾਉਣੀ ਆ ਤੇ ਦੂਜੀ ਉਂਗਲੀ ਘੰਟੀ ਤੇ ਲਾ ਦੇਣੀ ਆ ਸਾਡਾ ਜਿਹੜਾ ਵੀ ਪ੍ਰੋਗਰਾਮ ਅਪਲੋਡ ਹੋਇਆ ਕਰੋ ਉਹਦੀ ਨੋਟੀਫਿਕੇਸ਼ਨ ਉਸੇ ਵੇਲੇ ਤੁਹਾਡੇ ਫੋਨ 'ਚ ਆ ਜਾ ਕਰਨੀ ਆ ਤੇ ਤੁਹਾਨੂੰ ਸਾਡਾ ਚੈਨਲ ਲੱਭਣਾ ਨਹੀਂ ਪਿਆ ਕਰਨਾ ਤੇ ਦੋਸਤੋ ਹੁਣ ਮੈਂ ਆਉਂਦਾ ਹਾਂ ਸਿਨੇਮੇ ਦੀਆਂ ਗੱਲਾਂ ਵੱਲ ਦੋਸਤੋ ਬਾਬੂ ਸਿੰਘ ਮਾਨ ਪੰਜਾਬੀ ਗੀਤਕਾਰੀ ਦੇ ਬਾਬਾ ਬੋੜ ਹਨ ਪੰਜਾਬੀ ਗੀਤਕਾਰੀ ਵਿੱਚ ਉਹਨਾਂ ਦਾ ਬਹੁਤ ਵੱਡਾ ਮਕਾਮ ਹੈ ਤੇ ਉਸ ਤੋਂ ਵੀ ਵੱਡੀ ਗੱਲ ਕਿ ਸਾਡੇ ਉਹ ਸਤਿਕਾਰਤ ਅਤੇ ਪਰਿਵਾਰਕ دوست ਹਨ ਜਦ ਵੀ ਮੈਂ ਤੇ 베ਦੀ ਮਹਾਲੀ ਜਾਂਦੇ ਹਾਂ ਤਾਂ ਸਾਡੇ ਪ੍ਰੋਗਰਾਮ ਵਿੱਚ ਉਹਨਾਂ ਦੇ ਦਰਸ਼ਨ ਕਰਨਾ ਵੀ ਤੈਹ ਹੁੰਦਾ ਹੈ ਮਾਨ ਸਾਹਿਬ ਨੇ ਪੰਜਾਬੀ ਗਾਇਕੀ ਨੂੰ ਬਹੁਤ ਹੀ ਵੱਡਾ ਯੋਗਦਾਨ ਦਿੱਤਾ ਹੈ ਤੇ ਸਾਡੀ ਪੀੜੀ ਵਾਲੇ ਟੌਪ ਸਿੰਗਰ ਸਟਾਰਾਂ ਤੋਂ ਲੈ ਕੇ ਅੱਜ ਦੀ ਨਵੀਂ ਪੀੜੀ ਤੱਕ ਵੀ ਉਹਨਾਂ ਤੋਂ ਗੀਤ ਲਿਖਵਾਉਂਦੀ ਆ ਤੋ ਦੋਸਤੋ ਸਾਡੀ ਪਿਛਲੀ ਫੇਰੀ ਵਿੱਚ ਮੈਂ ਤੇ 베ਦੀ ਮਾਨ ਸਾਹਿਬ ਨੂੰ ਮਿਲਣ ਗਿਆ ਮੇਰੇ ਛੋਟੇ ਭਰਾ ਪਾਲ ਦੀਆਂ ਗੱਲਾਂ ਹੋਣ ਲੱਗ ਪਈਆਂ ਪਾਲ ਵੀ ਉਹਨਾਂ ਦਾ ਬੜਾ ਅਜੀਜ਼ ਦੋਸਤ ਸੀਗਾ ਅੰਤੋਜ ਨਾਲ ਵੀ ਉਹਦਾ ਬਹੁਤ ਦੋਸਤਾਨਾ ਸੀ ਪਾਲ ਹੁਣ ਇਸ ਜਹਾਨ ਵਿੱਚ ਨਹੀਂ ਹੈ ਤੇ ਪਾਲ ਦਾ ਬੰਬਈ ਵਿੱਚ ਇੱਕ ਬਹੁਤ ਹੀ ਪਿਆਰਾ ਮਿੱਤਰ ਅਦੇਸ਼ ਸ਼੍ਰੀ ਵਾਸਤਵ ਸੀ ਅਦੇਸ਼ ਸ਼੍ਰੀ ਵਾਸਤਵ ਨੂੰ ਅਸੀਂ ਤੁਸੀਂ ਜਾਣਦੇ ਹੀ ਹਾਂ ਉਹ ਬਹੁਤ ਵੱਡਾ ਸੰਗੀਤਕਾਰ ਸੀ ਤੇ ਅਦੇਸ਼ ਵੀ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਪਾਲਤਿਆ ਅਦੇਸ਼ ਦੀਆਂ ਗੱਲਾਂ ਕਰਦੇ ਹਾਂ ਅਸੀਂ ਮਾਨ ਸਾਹਿਬ ਦੇ ਗੀਤ ਦੀ ਗੱਲ ਕੀਤੀ ਗੀਤ ਸੀ ਹਮਣ ਮਾਰਦਾ ਜਹਾਨ ਮੈਨੂੰ ਸਾਰਾ ਤੇਰੀ ਮੇਰੀ ਓ ਟੁੱਟ ਗਈ ਸੋਣੀਏ ਲਾਈ ਵੀ ਨਾ ਗਈ ਤੇ ਨਵਾਈ ਵੀ ਨਾ ਗਈ ਮੈਨੇ ਮਾਰਦਾ ਜਹਾਨ ਮੈਨੂੰ ਸਾਰਾ ਤੇਰੀ ਮੇਰੀ ਇੰਜ ਟੁੱਟ ਗਈ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਦੋਸਤੋ ਇਹ ਅਮਰਗੀਤ ਹੈ ਤੇ ਉਥੇ ਮਾਨ ਸਾਹਿਬ ਨੇ ਸਾਨੂੰ ਦੱਸਿਆ ਵੀ ਯਾਰ ਆਦੇਸ਼ ਨੇ ਫਿਲਮ ਵਿੱਚ ਮੇਰਾ ਨਾਮ ਗਲਤ ਦੇ ਦਿੱਤਾ ਬਾਬੂ ਸਿੰਘ ਮਾਨ ਦੀ ਜਗ੍ਹਾ ਬੱਬੂ ਮਾਨ ਕਰਤਾ ਤੇ ਆਈਪੀਆਰਐਸ ਵੱਲੋਂ ਮੇਰਾ ਰਾਇਲਟੀ ਦਾ ਪੈਸਾ ਸ਼ਾਇਦ ਬੱਬੂ ਮਾਨ ਨੂੰ ਜਾ ਰਿਹਾ ਹੈ ਦੋਸਤੋ ਹੈਰਾਨੀ ਤਾਂ ਬੜੀ ਹੋਈ ਕਿਉਂਕਿ ਇਹ ਗਾਣਾ ਇਹ ਗੀਤ ਇਸ ਖਵਿੰਦਰ ਦੇ ਜੇ ਆਪਾਂ 10 ਟੌਪ ਦੇ ਗੀਤ ਗਿਣੀਏ ਤਾਂ ਉਹਨਾਂ ਵਿੱਚੋਂ ਹੈ ਤੇ ਅੱਜ ਵੀ ਇਹ ਗੀਤ ਚੱਲ ਰਿਹਾ ਹੈ ਤੇ ਦੋਸਤੋ ਇਸ ਗੀਤ ਦਾ ਸਾਰਾ ਇਤਿਹਾਸ ਮੈਨੂੰ ਪਤਾ ਹੈ ਕਿਉਂਕਿ ਇਸ ਗੀਤ ਨੂੰ ਅਰੇਂਜ ਕਰਨ ਵਿੱਚ ਜਾਂ ਇਸ ਗੀਤ ਨੂੰ ਗਾਉਣ ਵਿੱਚ ਮੇਰੇ ਛੋਟੇ ਭਰਾ ਦਾ ਵੀ ਹੱਥ ਸੀ ਪਹਿਲਾਂ ਮੈਂ ਤੁਹਾਨੂੰ ਉਹ ਕਹਾਣੀ ਦੱਸਾਂਗਾ ਕਿ ਇਸ ਗੀਤ ਨਾਲ ਹੋਇਆ ਕੀ ਸੀ ਦੋਸਤੋ ਪਾਲ ਦਾ ਦੁਰਗ ਪਲੇ ਵਿੱਚ ਇੱਕ ਦੋਸਤ ਪਪੂ ਟੈਲੋਂ ਹੈ ਤੇ ਪਪੂ ਟੈਲੋਂ ਦਾ ਭਤੀਜਾ ਟੀਟੂ ਟੈਲੋਂ ਉਹਨੂੰ ਗਾਉਣ ਦਾ ਸ਼ੌਕ ਸੀ ਉੱਥੇ ਦੇ ਉਹ ਵੱਡੇ ਕਾਰੋਬਾਰੀ ਹਨ ਤੇ ਟੀਟੂ ਦੀ 뮤직 ਐਲਬਮ ਰਿਕਾਰਡ ਕਰਨ ਲਈ ਪ੍ਰੋਗਰਾਮ ਬਣਿਆ ਪਾਲ ਦੇ ਕਹਨ ਤੇ ਫਿਲਮ ਦੇ ਗੀਤ ਬਾਬੂ ਸਿੰਘ ਮੰਤੋਂ ਲਿਖਵਾਉਣ ਦਾ ਫੈਸਲਾ ਹੋਇਆ ਤੇ ਆਦੇਸ਼ ਸ੍ਰੀ ਵਾਸਤਵ ਨੇ ਇਸ ਕੈਸਟ ਦਾ 뮤직 ਦੇਣਾ ਸੀ 8 ਗਾਣੇ ਸੀ ਕਿਉਂਕਿ ਨਵੇਂ ਸਿੰਗਰ ਕਾਫੀ ਕੱਚੇ ਹੁੰਦੇ ਹਨ ਸੁਖਵਿੰਦਰ ਕੋਲ ਟੀ 2 ਢਿਲੋਂ ਦੀਆਂ ਕਲਾਸਾਂ ਵੀ ਲਵਾਈਆਂ ਗਈਆਂ ਰਿਹਰਸਲਾਂ ਵੀ ਕਰਵਾਈਆਂ ਗਈਆਂ ਤੇ ਇੱਕ ਐਸੈਟ ਤਿਆਰ ਹੋ ਗਈ ਹੁਣ ਅਗਲਾ ਚੈਪਟਰ ਦੇਖੋ ਇੱਕ ਫਿਲਮ ਬਣੀ ਚਲਤੇ ਚਲਤੇ ਸ਼ਾਹਰੁਖ ਖਾਨ ਉਸ ਫਿਲਮ ਦਾ ਪ੍ਰੋਡਿਊਸਰ ਸੀ ਤੇ ਅਜੀਜ਼ ਮਿਰਜ਼ਾ ਡਾਇਰੈਕਟਰ ਅਧੇ ਗਾਣਿਆਂ ਦਾ ਆਦੇਸ਼ ਨੇ 뮤직 ਦਿੱਤਾ ਸੀ ਤੇ ਅੱਧਾ ਸੰਗੀਤ ਆਦੇਸ਼ ਦੇ ਸਾਲਿਆਂ ਪਾਪ ਵਿਜੇਤਾ ਦੇ ਭਰਾਵਾਂ ਜਤਨ ਲਲਤ ਨੇ ਤਿਆਰ ਕੀਤਾ ਸੀ ਮਿਊਜ਼ਿਕ ਦੀ ਤਿਆਰੀ ਕਰਦਿਆਂ ਕਰਦਿਆਂ ਬਾਬੂ ਸਿੰਘ ਮਾਨ ਹੋਰਾਂ ਦਾ ਲਿਖਿਆ ਗੀਤ 샤ਰੁਖ ਖਾਨ ਨੂੰ ਸੁਣਾ ਦਿੱਤਾ ਸੁਣਦਿਆਂ ਹੀ 샤ਰੁਖ ਖਾਨ ਦੇ ਦੁਰ ਦਿਲ ਅੰਦਰ ਇੱਕ ਗੀਤ ਜਾ ਵੜਿਆ ਤੇ ਫੈਸਲਾ ਹੋ ਗਿਆ ਕਿ ਇਹ ਗੀਤ ਸੁਖਵਿੰਦਰ ਸਿੰਘ ਤੋਂ ਗਵਾਇਆ ਜਾਵੇਗਾ ਇੱਥੇ ਇਹ ਟਵਿਸਟ ਹੋਇਆ ਕਿ ਬਾਬੂ ਸਿੰਘ ਮਾਨ ਹੋਰਾਂ ਨੂੰ ਨਾ ਤਾਂ ਇਸ ਗੀਤ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਤੇ ਨਾ ਹੀ ਉਹਨਾਂ ਨੂੰ ਕੋਈ ਮਿਹਨਤਾਨਾ ਦਵਾਇਆ ਗਿਆ ਗੀਤ ਰਿਕਾਰਡ ਹੋ ਗਿਆ ਫਿਲਮ ਤਿਆਰ ਹੋ ਗਈ ਤੇ ਜਦ ਗੀਤ ਵਜਣਾ ਸ਼ੁਰੂ ਹੋਇਆ ਤਾਂ ਮਾਨ ਸਾਹਿਬ ਨੂੰ ਪਤਾ ਚੱਲ ਗਿਆ ਮਾਨ ਸਾਹਿਬ ਨੇ ਉਹ ਗੀਤ ਸਕ੍ਰੀਨ ਰਾਈਟਰ ਐਸੋਸੀਏਸ਼ਨ ਵਿੱਚ ਰਜਿਸਟਰ ਕਰਵਾਇਆ ਹੋਇਆ ਸੀ ਬਸ ਫੇਰ ਕਿਸੇ ਮਾਨ ਸਾਹਿਬ ਐਸੋਸੀਏਸ਼ਨ ਕੋਲ ਪਹੁੰਚ ਗਿਆ ਐਸੋਸੀਏਸ਼ਨ ਨੇ ਫਿਲਮ ਦੀਆਂ ਬ੍ਰੇਕਾਂ ਲਵਾਤੀਆਂ ਵੀ ਪਹਿਲਾਂ ਫੈਸਲਾ ਕਰੋ ਫੇਰ ਰੀਲੀਜ਼ ਕਰਨ ਦੇਵਾਂਗੇ ਫੈਸਲਾ ਇਹ ਹੋਇਆ ਕਿ ਫਿਲਮ ਦੇ ਟਾਈਟਲ ਵਿੱਚ ਇਸ ਗੀਤ ਲਈ ਬਾਬੂ ਸਿੰਘ ਮਾਨ ਦਾ ਨਾਮ ਦਿੱਤਾ ਜਾਵੇਗਾ ਤੇ ਨਾਲ ਹੀ ਐਸੋਸੀਏਸ਼ਨ ਦੇ ਰੂਲ ਮੁਤਾਬਕ 1 ਲੱਖ ਰੁਪਏ ਦਾ ਮਿਹਨਤਾਨਾ ਵੀ ਪ੍ਰੋਡਿਊਸਰਾਂ ਨੂੰ ਮਾਨ ਸਾਹਿਬ ਨੂੰ ਦੇਣਾ ਪਿਆ ਹੁਣ ਅਗਲਾ ਟਵਿਸਟ ਦੇਖੋ ਫਿਲਮ ਰਿਲੀਜ਼ ਹੋ ਗਈ ਫਿਲਮ ਦੇ ਬਾਕੀ ਸਾਰੇ ਗਾਣੇ ਜਵੇਦ ਅਖਤਰ ਨੇ ਲਿਖੇ ਸਨ ਤੇ ਇਹ ਇੱਕ ਗੀਤ ਬਾਬੂ ਸਿੰਘ ਮਾਨ ਹੋਰਾਂ ਦਾ ਪਰ ਇਸ ਗੀਤ ਦੇ ਟਾਈਟਲ ਵਿੱਚ ਆਦੇਸ਼ ਸ੍ਰੀ ਵਾਸਤਵ ਨੇ ਬਾਬੂ ਸਿੰਘ ਮਾਨ ਦੀ ਬਾਬੂਮਾਨ ਲਿਖ ਦਿੱਤਾ ਤੇ ਬਾਬੂਮਾਨ ਨੂੰ ਸ਼ਾਇਦ ਬੱਬੂਮਾਨ ਸਮਝ ਲਿਆ ਗਿਆ ਤੇ ਇਸੇ ਕਾਰਨ ਇਸ ਗਾਣੇ ਦੇ ਰਾਇਲਟੀ ਦੇ ਪੈਸੇ ਬੱਬੂਮਾਨ ਨੂੰ ਜਾ ਰਹੇ ਹਨ ਸ਼ਾਇਦ ਸ਼ਾਇਦ ਮੈਂ ਇਸ ਲਈ ਕਹਿ ਰਿਹਾ ਹਾਂ ਕਿ ਹੋ ਸਕਦਾ ਬੱਬੂਮਾਨ ਨੇ ਇਸ ਗਾਣੇ ਦਾ ਕਲੇਮ ਨਾ ਕੀਤਾ ਹੋਵੇ ਤੇ ਕਈ ਵਾਰੀ ਆਈਪੀਆਰਐਸ ਦੋਸਤੋ ਆਈਪੀਆਰਐਸ ਇੰਡੀਅਨ ਪਰਫਾਰਮਿੰਗ ਰਾਈਟਸ ਸੁਸਾਇਟੀ ਹੈ ਜਿਸ ਦੇ ਹੈੱਡ ਜਵੇਦ ਅਖਤਰ ਹਨ ਤੇ ਦੁਨੀਆ ਵਿੱਚ ਜੇਕਰ ਤੁਹਾਡਾ ਲਿਖਿਆ ਗੀਤ ਕਿਤੇ ਵੀ ਵਜਦਾ ਆ ਉਹਦੀ ਰਾਇਲਟੀ ਤੁਹਾਨੂੰ ਦਿੱਆ ਤੇ 2003 ਵਿੱਚ ਇਹ ਫਿਲਮ ਰਿਲੀਜ਼ ਹੋਈ ਸੀ ਜੇਕਰ ਹੁਣ ਤੱਕ ਜਮਾ ਕੀਤਾ ਜਾਏ ਤਾਂ ਮੈਨੂੰ ਲੱਗਦਾ ਹੈ ਇਸ ਫਿਲਮ ਦੀ ਰਾਇਲਟੀ ਲੱਖਾਂ ਰੁਪਏ ਬਣਦੀ ਹੋਵੇਗੀ ਦੋਸਤੋ ਮੈਂ ਇਹ ਵੀਡੀਓ ਖੋਣ ਕਿਉਂ ਪਾਈ ਦਰਅਸਲ ਜਿਆਦਾ ਸੀ ਮਾਨ ਸਾਹਿਬ ਨੂੰ ਮਿਲੇ ਸੀ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਸਾਡੇ ਦਿਮਾਗ 'ਚੋਂ ਵੀ ਗੱਲ ਆਈ ਗਈ ਹੋ ਗਈ ਤੇ ਦੋਸਤੋ ਕੁਝ ਦਿਨ ਪਹਿਲਾਂ ਮੈਂ ਆਪਣੇ ਇੱਕ ਦੋਸਤ ਸ਼ਿਵਦਤ ਅਕਸ ਜੋ ਕਿ ਗੀਤ ਲਿਖਦੇ ਹਨ ਉਹਨਾਂ ਨਾਲ ਆਈਪੀਆਰਐਸ ਦੇ ਦਫ਼ਤਰ ਵਿੱਚ ਗਿਆ ਉਹਨਾਂ ਦੀ ਵੀ ਇੱਕ ਆਡੀਓ ਕੈਸਟ 20 ਸਾਲ ਪਹਿਲਾਂ ਰਿਲੀਜ਼ ਹੋਈ ਸੀ ਗਜ਼ਲਾਂ ਦੀ ਕੈਸਟ ਸੀ ਤੇ ਉਸ ਕੈਸਟ ਦਾ ਉਹਨਾਂ ਨੂੰ ਕਵਰ ਮਿਲ ਗਿਆ ਤੇ ਉਹ ਆਪਣੀਆਂ ਦੋ ਗਜ਼ਲਾਂ ਆਪਣੇ ਕੰਮ ਵਿੱਚ ਜਮਾ ਕਰਾਉਣ ਲਈ ਆਈਪੀਆਰਐਸ ਦੇ ਦਫ਼ਤਰ ਗਿਆ ਮੈਂ ਵੀ ਉਹਨਾਂ ਦੇ ਨਾਲ ਸੀ ਉਹਨਾਂ ਨੇ ਜਦ ਰਿਕਾਰਡ ਵੇਖਿਆ ਤਾਂ ਉਹਦੇ ਵਿੱਚ ਉਹਨਾਂ ਦੇ ਨਾਮ ਦੀ ਬਜਾਏ ਉਹਨਾਂ ਦੀਆਂ ਗਜ਼ਲਾਂ ਨੂੰ ਬਤੌਰ ਲੇਖਕ ਟਰੈਡੀਸ਼ਨਲ ਆਖ ਦਿੱਤਾ ਗਿਆ ਪਾ ਏਅਰ ਵਾਈਤੀ ਹਨ ਪੁਰਾਣੀਆਂ ਹਨ ਖੈਰ ਅਸੀਂ ਉਹਨਾਂ ਦੇ ਪ੍ਰੂਫ ਜਮ੍ਹਾਂ ਕਰਵਾਏ ਤੇ ਆਈਪੀਆਰਐਸ ਕਹਿੰਦੀ ਹੈ ਕਿ ਕਈ ਵਾਰ 뮤직 ਕੰਪਨੀ ਆਈ ਜਦ ਕੈਸਟ ਦੀ ਡਿਟੇਲ ਦਿੰਦੀਆਂ ਹਨ ਤਾਂ ਉਹ ਲੇਖਕ ਦੇ ਨਾਮ ਦੀ ਬਜਾਏ ਟ੍ਰੈਡੀਸ਼ਨਲ ਲਿਖ ਦਿੰਦੀਆਂ ਹਨ ਇਸ ਕਰਕੇ ਉਹ ਪੈਸਾ ਲੇਖਕ ਤੱਕ ਨਹੀਂ ਪਹੁੰਚ ਪਾਉਂਦਾ ਤੇ ਉੱਥੋਂ ਆ ਕੇ ਮੈਨੂੰ ਵੀ ਲੱਗਿਆ ਵੀ ਇਹ ਗੱਲ ਦਰਸ਼ਕਾਂ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਜੇਕਰ ਤੁਸੀਂ ਆਈਪੀਆਰਐਸ ਦੇ ਮੈਂਬਰ ਬਣ ਜਾਂਦੇ ਹੋ ਤੇ ਤੁਹਾਡਾ ਕੋਈ ਲਿਖਿਆ ਗਾਣਾ ਜਾਂ ਗੀਤ ਉਹਨਾਂ ਦੇ ਰਿਕਾਰਡ ਵਿੱਚ ਨਹੀਂ ਹੈ ਤਾਂ ਤੁਸੀਂ ਆਪਣੇ ਕੰਮ ਵਿੱਚ ਬਾਅਦ ਵਿੱਚ ਵੀ ਸ਼ਾਮਲ ਕਰਵਾ ਸਕਦੇ ਹੋ ਤੇ ਮੇਰੀ ਨਵੇਂ ਲੇਖਕਾਂ ਨੂੰ ਇਹ ਵੀ ਬੇਨਤੀ ਹੈ ਕਿ ਜੇਕਰ ਉਹ ਗੀਤ ਲਿਖਦੇ ਹਨ ਤਾਂ ਉਹ ਆਈਪੀਆਰਐਸ ਦੇ ਮੈਂਬਰ ਜ਼ਰੂਰ ਬਣ ਤੇ ਉੱਥੇ ਆਪਣਾ ਸਾਰਾ ਕੰਮ ਪ੍ਰੂਫਾਂ ਨਾਲ ਜਮ੍ਹਾਂ ਕਰਾ ਦੇ ਤੇ ਮਾਨ ਸਾਹਿਬ ਨੂੰ ਤਾਂ ਮੈਂ ਇਹ ਹੀ ਕਹਾਂਗਾ ਮੈਂ ਪਰਸਨਲੀ ਉਹਨਾਂ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਨਹੀਂ ਲੱਗ ਸਕਿਆ ਪਰ ਉਹਨਾਂ ਨੂੰ ਕਹਾਂਗਾ ਕਿ ਉਹਨਾਂ ਨੂੰ ਬੰਬਈ ਤਾਂ ਇੱਕ ਵਾਰੀ ਆਉਣਾ ਪਵੇਗਾ ਪਰ ਉਹ ਇੱਥੇ ਆ ਕੇ ਆਈਪੀਆਰਐਸ ਵਿੱਚ ਜਾ ਕੇ ਵਿਦ ਪ੍ਰੂਫ ਆਪਣੇ ਗਾਣੇ ਨੂੰ ਆਪਣੇ ਨਾਮ ਸ਼ਾਮਲ ਕਰਾਉਣ ਕਿਉਂਕਿ ਉਸ ਗਾਣੇ ਉੱਤੇ ਸਕ੍ਰੀਨ ਰਾਈਟਰ ਐਸੋਸੀਏਸ਼ਨ ਦਾ ਫੈਸਲਾ ਆ ਚੁੱਕਾ ਹੈ ਤੇ ਉਸ ਫੈਸਲੇ ਵਿੱਚ ਬਾਬੂ ਸਿੰਘ ਮਾਨ ਹੀ ਉਸ ਗੀਤ ਦੇ ਲੇਖਕ ਹਨ ਤੇ ਉਸ ਗੀਤ ਦੀ ਹੁਣ ਤੱਕ ਦੀ ਸਾਰੀ ਰਾਇਲਟੀ ਦੇ ਉਹ ਹੱਕਦਾਰ ਵੀ ਹਨ ਮਾਨ ਸਾਦਾ ਦਾ ਬੇਟਾ ਅਮਤੋਜ ਉਹ ਵੀ ਫਿਲਮੀ ਦਾ ਪੇਚ ਜਾਣਦਾ ਆ ਸਾਰੀ ਪ੍ਰੋਸੀਡਿੰਗਸ ਦਾ ਉਹਨੂੰ ਪਤਾ ਹੈ ਮੈਂ ਤਾਂ ਕਹਾਂਗਾ ਕਿ ਉਸ ਨੂੰ ਇਹ ਇਸ਼ੂ ਆਪਣੇ ਹੱਥਾਂ ਵਿੱਚ ਲੈਣਾ ਚਾਹੀਦਾ ਆ ਤੇ ਇਸ ਗੀਤ ਦਾ ਸਹੀ ਅਧਿਕਾਰ ਜੋ ਕਿ ਸਾਡੇ ਸਤਿਕਾਰਤ ਗੀਤਕਾਰ ਬਾਬੂ ਸਿੰਘ ਮਾਨ ਹੋਰਾਂ ਨੂੰ ਦੇਵਾਂ ਤੇ ਹੁਣ ਅੰਤ ਵਿੱਚ ਮੇਰੀ ਤੁਹਾਨੂੰ ਬੇਨਤੀ ਆ ਜਿੰਦੇ ਜਾਂਦੇ ਆ ਘੰਟੀ ਉੱਤੇ ਉਂਗਲੀ ਜ਼ਰੂਰ ਲਾਉਂਦੇ ਜਾਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਦੇ ਹਾਂ